ਨਸ਼ਾ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ ਕਰਨ ਲਈ ਇੱਥੇ ਮੈਸੇਜ ਦੇਣ ਲਈ ਲੋਕਾਂ ਨੂੰ ਆਏ ਆ ਕਿ ਨਸ਼ਾ ਵਿੱਚ ਕੁਛ ਨਹੀਂ ਰੱਖਿਆ, ਨਸ਼ਿਆਂ ਨਾਲ ਤੁਹਾਡਾ ਘਰ ਬਰਬਾਦ ਹੁੰਦਾ, ਨਸ਼ਿਆਂ ਨਾਲ ਤੁਹਾਡੀ ਸਾਰਾ ਸੰਸਾਰ ਬਰਬਾਦ ਹੁੰਦਾ, ਤੁਹਾਡੀ ਲੋਕਲੈਲਿਟੀ ਬਰਬਾਦ ਹੁੰਦੀ ਹੈ, ਇਸ ਲਈ ਨਸ਼ਿਆਂ ਨੂੰ ਤਿਆਗੋ ਅਤੇ ਆਪਣਾ ਮੇਨ ਏਮ ਨੂੰ ਟਾਰਗੇਟ ਕਰੋ ਕਿ ਆਪਾਂ ਲਾਈਫ ਵਿੱਚ ਕੁਛ ਬਣਨਾ ਅਤੇ ਬਣ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ, ਆਪਣੇ ਏਰੀਆ ਦਾ ਨਾਮ ਰੋਸ਼ਨ ਕਰਨਾ, ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ। ਇਹ ਸਾਡਾ ਜੀ ਡਰੱਗ ਅਵੇਅਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀ ਜੀ ਪੀ ਸਾਹਿਬ ਨੇ, ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੁਰਦਾਸ ਯਾਦਵ ਜੀ। ਇਹ ਅੱਜ ਤੋਂ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਇਹ ਕੰਪੇਨ ਸਟਾਰਟ ਕੀਤੀ ਜਾਏਗੀ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ, ਕੁਰੀਤੀਆਂ ਨੇ, ਤਾਂ ਕਿ ਲੋਕ ਆਪਣੇ ਪਰਿਵਾਰਾਂ 'ਚ, ਆਪਣੇ ਆਸ ਪਾਸ, ਆਪਣੇ ਗਲੀ ਮੁਹੱਲਿਆਂ 'ਚ, ਆਪਣੇ ਪਿੰਡਾਂ 'ਚ, ਜਿਹੜੇ ਇਸ ਪਾਸੇ ਕੁਛ ਨੌਜਵਾਨ ਪ੍ਰੇਰਿਤ ਹੋ ਰਹੇ ਹੈ, ਉਹਨਾਂ ਨੂੰ ਹਟਾ ਸਕਣ, ਉਹਨਾਂ ਨੂੰ ਦੂਰ ਕਰ ਸਕਣ। ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ, ਅੱਜ ਜਿਸ ਤਰ੍ਹਾਂ ਇਹ ਠਾਠਾ ਮਾਰਦਾ ਸਾਈਕਲਿਸਟ ਦਾ ਕੱਠ ਆ, ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਇਰ 'ਚ ਆਏ ਨੇ, ਹੈਲਮੇਟਸ, ਆਪਣੇ ਪੂਰੇ ਸਾਈਕਲ, ਆਪਣੇ ਪੂਰੀ ਯੂਨੀਫਾਰਮ ਪਾ ਕੇ। ਸੋ ਇਟ ਸੀਮਸ ਕਿ ਲੋਕ ਕਾਫੀ ਇਸ ਵਾਲੇ ਇਸ ਪਾਸੇ ਵੱਲ ਵੀ ਆਪਣਾ ਤਵੱਜੋ ਦੇ ਰਹੇ ਹੈ। ਵੈਸੇ ਵੀ ਮੈਂ ਦੇਖਦਾ ਕਿ ਲੋਕ ਅੱਜ ਕੱਲ੍ਹ ਪਾਰਕਾਂ 'ਚ, ਸਟੇਡੀਅਮ 'ਚ ਕਾਫੀ ਭਰਮਾਰ ਆ, ਜਿਮ ਕਾਫੀ ਖੁੱਲ੍ਹ ਗਏ ਨੇ, ਲੋਕਾਂ ਦਾ ਧਿਆਨ ਹੈ, ਲੋਕ ਚਾਹੁੰਦੇ ਆ ਕਿ ਸਾਡਾ ਸਮਾਜ ਇੱਕ ਅੱਛਾ ਹੋਏ। ਮੈਂ ਇਸ ਇਲਾਕੇ 'ਚ ਹਾਂ, ਅਸੀਂ ਇਹ ਚੀਜ਼ਾਂ ਨਹੀਂ ਸੀ ਦੇਖੀਆਂ ਜਿਹੜਾ ਅੱਜ ਕੱਲ੍ਹ ਅਸੀਂ ਥੋੜ੍ਹਾ ਦੇਖ ਰਹੇ ਹਾਂ, ਬਟ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ ਕਿ ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ, ਅਸੀਂ ਵਚਨਬੱਧ ਹਾਂ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ, ਇਸ ਬੁਰਾਈ ਨੂੰ ਜੜੋਂ ਪੁੱਟਣ ਵਾਸਤੇ, ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ, ਅਸੀਂ ਆਪਣੇ ਤੰਤਰ ਨਾਲ, ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਹਾਂ, ਪਰ ਸਾਨੂੰ ਫਿਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ, ਜਿੱਥੋਂ ਲੋਕ ਸਾਡੀ ਅੱਖਾਂ ਨੱਕ ਕੰਨ ਬਣ ਕੇ ਇਸ ਸਮਾਜ 'ਚ ਸਾਡਾ ਸਾਥ ਦੇਣ, ਇਸ ਲੜਾਈ 'ਚ ਸਾਡਾ ਸਾਥ ਦੇਣ। ਸਾਨੂੰ ਇਹੀ ਚਾਹੀਦਾ ਕਿ ਕਿੱਥੇ ਕੋਈ ਜਿਹੜਾ ਬੰਦਾ ਉਹ ਗਲਤ ਕੰਮ ਕਰ ਰਿਹਾ, ਨਸ਼ੇ ਵੇਚ ਰਿਹਾ, ਜਾਂ ਉਹ ਨਸ਼ੇ ਦੇ ਪ੍ਰੋਸੀਡ 'ਚੋਂ ਉਹਨੇ ਬਹੁਤ ਸਾਰੀ ਪ੍ਰੋਪਰਟੀ ਬਣਾ ਲਈ ਹੈ, ਤਾਂ ਕਿ ਅਸੀਂ ਉਹਦੇ ਖਿਲਾਫ਼ ਅਸਰਦਾਰ ਕਾਰਵਾਈ ਕਰ ਸਕੀਏ। ਵੈਸੇ ਤਾਂ ਮੈਂ ਦੱਸਣਾ, ਅੱਜ ਕੱਲ੍ਹ ਇਹ ਵੀ ਡਰਾਈਵ ਚੱਲ ਰਹੀ ਹੈ ਹਰ ਡਿਸਟ੍ਰਿਕਟ 'ਚ, ਜਿਹੜੇ ਨੋਨ ਨਸ਼ਾ ਸਮੱਗਲਰ ਨੇ ਜਾਂ ਜਿਹੜੇ ਸਾਡੇ ਰਿਕਾਰਡ ਦੇ ਉੱਪਰ ਨੇ ਇਹੋ ਜਿਹੇ ਮਾੜੇ ਅਨਸਰ, ਉਹਨਾਂ ਦੀਆਂ ਪ੍ਰੋਪਰਟੀਜ਼ ਅਸੀਂ ਫਰੀਜ਼ ਕਰ ਰਹੇ ਹਾਂ 8-8 ਹਫ਼ਤੇ ਅੰਦਰ, ਔਰ ਬਹੁਤ ਸਾਰੇ ਸਾਨੂੰ ਆਰਡਰ ਰੀਸੈਂਟਲੀ ਆਫਟਰ ਇਲੈਕਸ਼ਨਸ ਸਾਨੂੰ ਰਿਸੀਵ ਹੋਏ ਆ ਦਿੱਲੀ ਤੋਂ, ਜਿਹੜੀ ਏਜੰਸੀ ਇਹਨੂੰ ਕੋਆਰਡੀਨੇਟ ਕਰਦੀ ਹੈ, ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਹੈਗੀ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ, ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਈਏ, ਜਿੰਨਾ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਉਣਾ ਉਹ ਸਾਡੇ ਕੋਲ ਰਹਿਣਾ ਨਹੀਂ ਹੈਗਾ। ਸਰ, ਲੱਗਦਾ ਕਿ ਇਸ ਡਰਾਈਵ ਦੇ ਨਾਲ ਜਿਹੜੀ ਪ੍ਰੋਪਰਟੀ ਜ਼ਬਤ ਕੀਤੀ ਜਾ ਰਹੀ ਹੈ, ਆਉਣ ਵਾਲਾ ਸਮਾਂ ਜਿਹੜਾ ਸੁਖਾਲਾ ਹੋਏਗਾ, ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜਾਏਗਾ। ਬ੍ਰਦਰ, ਮੈਂ ਆਈ ਐਮ ਸਟੂਡੈਂਟ ਆਫ ਲਿਟਰੇਚਰ, ਕੁਝ ਸ਼ੇਕਸਪੀਅਰ ਨੇ ਇੱਕ ਜਗ੍ਹਾ ਲਿਖਿਆ ਇੱਕ ਨਾਵਲ 'ਚ, ਉਹਨੇ ਕਹਿੰਦਾ, ਗੋਡ ਹੈਜ਼ ਗਿਵਨ ਟੂ ਥਿੰਗਸ ਟੂ ਮੈਨਕਾਈਂਡ, ਵਨ ਇਜ਼ ਅਨਸਰਟਨਟੀ ਅਬਾਊਟ ਦੀ ਫਿਊਚਰ ਐਂਡ ਸੈਕਿੰਡ ਇਜ਼ ਰੇ ਆਫ ਹੋਪ। ਆਉਣ ਵਾਲਾ ਸਮਾਂ ਕੀ ਹੈ ਕੋਈ ਨਹੀਂ ਜਾਣਦਾ, ਹੁਣ ਇੱਥੋਂ ਮੈਂ ਕਿੱਥੇ ਜਾਣਾ, ਵਟ ਵਿਲ ਹੈਪਨ ਟੂ ਮੀ ਆਈ ਡੋਂਟ ਨੋ, ਬਟ ਮਤਲਬ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਿਰਨ ਦਿੱਤੀ ਹੈ, ਔਰ ਆਈ ਐਮ ਏ ਪੋਜ਼ਿਟਿਵ ਮੈਨ, ਉਮੀਦ ਦੀ ਕਿਰਨ ਕਦੇ ਨਹੀਂ ਛੱਡਣੀ ਚਾਹੀਦੀ। ਮੈਂ ਐਬਸੋਲੂਟਲੀ ਆਪਟੀਮਿਸਟਿਕ ਹਾਂ, ਮੈਂ ਆਸ਼ਾਵਾਦੀ ਹਾਂ, ਐਂਡ ਆਮ ਪੋਜ਼ਿਟਿਵ, ਆਈ ਐਮ ਸ਼ੋਰ ਕਿ ਜਨਤਾ ਸਾਥ ਦੇ, ਸਾਂ ਯੂਥ ਸਾਡਾ ਸਾਥ ਦੇ, ਤਾਂ ਕੋਈ ਵਜ੍ਹਾ ਹੀ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ 'ਚੋਂ ਨਾ ਦੂਰ ਕਰ ਸਕੀਏ, ਇਸ ਬੁਰਾਈ ਨੂੰ ਅਸੀਂ ਜੜੋਂ ਨਾ ਪੁੱਟ ਕੇ ਸੁੱਟ ਸਕੀਏ। ਥੈਂਕ ਯੂ। ਤੇਰੋ ਨਾਮ ਸਭ
ਭਗਵਾਨ ਰਾਮ ਜੀ ਦੇ ਨਾਮ ਦੇ ਨਾਲ ਜਿਹੜੀ ਵੀ ਸ਼ੁਰੂਆਤ ਕੀਤੀ ਹੈ ਔਰ ਵਾਤਾਵਰਨ ਬਿਲਕੁਲ ਭਰਪੂਰ ਹੈ। ਮੈਂ ਸਾਰੇ ਤਕਲੀਫ ਨੂੰ ਗੁਜ਼ਾਰਿਸ਼ ਕਰੂੰਗਾ